ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਮੌਕੇ ਜਿੱਥੇ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਵੱਲੋਂ ਸਥਾਨਕ ਸਮੇਂ ਅਤੇ ਸਥਾਨਕ ਹਾਲਾਤ ਮੁਤਾਬਕ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਸਜਾਏ ਜਾ ਰਹੇ ਨੇ, ਉੱਥੇ ਹੀ ਐਤਕੀ ਇੱਕ ਬਹੁਤ ਰਾਹਤ ਅਤੇ ਸਕੂਨ ਦੇਣ ਵਾਲਾ ਦ੍ਰਿਸ਼ ਗੁਆਂਢੀ ਸੂਬੇ ਜੰਮੂ ਕਸ਼ਮੀਰ ਤੋਂ ਵੀ ਨਜ਼ਰ ਆਇਆ, ਜਿੱਥੇ ਉੱਥੋਂ ਦੀਆਂ ਸਿੱਖ ਸੰਗਤਾਂ ਨੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਨਗਰ ਕੀਰਤਨ ਸਤਿਕਾਰ ਸਹਿਤ ਸਜਾਇਆ। ਜੰਮੂ ਕਸ਼ਮੀਰ ਸੂਬਾ, ਜਿਸ ਦੇ ਹਾਲਾਤ ਸੰਬੰਧੀ ਅਕਸਰ ਸੁਰਖੀਆਂ ਨਜ਼ਰ ਆਉਂਦੀਆਂ ਨੇ, ਸੁਣਾਈ ਦਿੰਦੀਆਂ ਨੇ, ਉੱਥੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਉਪਰਾਲਾ ਕਰਨਾ ਆਪਣੇ ਆਪ ਵਿੱਚ ਕਾਫੀ ਮਾਇਨੇ ਰੱਖਦਾ ਹੈ। ਇਸ ਮੌਕੇ ਸੰਗਤਾਂ ਨੇ ਉਤਸ਼ਾਹ ਦੇ ਨਾਲ ਸੇਵਾ ਨਿਭਾਈ ਅਤੇ ਨਾਲ ਦੀ ਨਾਲ ਭਰਮੀ ਹਾਜ਼ਰੀ ਇਸ ਨਗਰ ਕੀਰਤਨ ਮੌਕੇ ਲਵਾਈ। ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਇਸ ਉਪਰਾਲੇ ਦੀਆਂ ਇਹ ਤਸਵੀਰਾਂ ਦੁਨੀਆ ਭਰ ਵਿੱਚ ਵਿਖੀਆਂ ਜਾ ਰਹੀਆਂ ਨੇ ਅਤੇ ਸਿੱਖ ਸੰਗਤਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਹੋ ਰਹੀ ਹੈ।